ਇੱਕ ਗੱਲ ਜਿਹੜੀ ਆ ਜੋ ਮੈਂ ਦਿੱਲੀ ਦੇ ਉਹਨਾਂ ਸਿੱਖਾਂ ਤੱਕ ਪਹੁੰਚਾਉਣੀ ਚਾਹੁੰਦਾ, ਉਹਨਾਂ ਨੌਜਵਾਨਾਂ ਤੱਕ ਪਹੁੰਚਾਉਣੀ ਚਾਹੁੰਦਾ ਜੋ ਰਾਤ ਰਾਤ ਭਰ ਪੱਬਾਂ ਦੇ ਵਿੱਚ ਜਾ ਕੇ ਸ਼ਰਾਬਾਂ ਪੀਂਦੇ ਨੇ, ਮੈਂ ਉਹਨਾਂ ਨੌਜਵਾਨ ਵੀਰਾਂ ਤੱਕ ਪਹੁੰਚਾਉਣੀ ਚਾਹੁੰਦਾ ਜਿਹੜੇ ਮੋਟਰਸਾਈਕਲ ਗੱਡੀਆਂ 'ਤੇ ਘੁੰਮਣਾ ਆਪਣਾ ਸਹੀ ਸਮਝਦੇ ਨੇ, ਮੈਂ ਉਹਨਾਂ ਦਿੱਲੀ ਦੇ ਸਰਦਾਰ ਨੌਜਵਾਨ ਵੀਰਾਂ ਤੱਕ ਪਹੁੰਚਾਉਣੀ ਚਾਹੁੰਦਾ ਜਿਹੜੇ ਵਧੀਆ ਬ੍ਰਾਂਡ ਦੇ ਕੱਪੜੇ ਪਾਉਣਾ ਹੀ ਚੰਗਾ ਸਮਝਦੇ ਨੇ, ਮੈਂ ਉਹਨਾਂ ਦਿੱਲੀ ਦੇ ਸਰਦਾਰ ਵੀਰਾਂ ਤੱਕ ਇਹ ਵੀਡੀਓ ਪਹੁੰਚਾਉਣੀ ਚਾਹੁੰਦਾ ਜਿਹੜਾਂ ਦੀਆਂ ਦੁਕਾਨਾਂ ਖੋਲ੍ਹ ਕੇ ਆਪਣਾ ਬਿਜ਼ਨਸ ਕਰਨਾ ਹੀ ਸਭ ਚੰਗਾ ਸਮਝਦੇ ਨੇ, ਉਹਨਾਂ ਨੂੰ ਹੋਰ ਕਿਸੇ ਚੀਜ਼ ਦਾ ਮਤਲਬ ਨਹੀਂ। ਜੋ ਗੁਆਂਢੀ ਦੇ ਹੋ ਗਿਆ ਨਾ, ਉਹ ਕੱਲ੍ਹ ਨੂੰ ਆਪਣੇ ਘਰ ਦੇ ਵਿੱਚ ਹੋਣ ਵਾਲਾ। 1984 ਦੇ ਵਿੱਚ ਮੈਂ ਹਮੇਸ਼ਾ ਸਟੇਜ 'ਤੇ ਕਹਿੰਦਾ ਵੀ ਜੇ ਸਾਡੇ ਨਾਲ ਧੱਕਾ ਹੋਇਆ, ਕਸੂਰਵਾਰ ਅਸੀਂ ਵੀ ਸੀ, ਅਸੀਂ ਸੀ ਕਸੂਰਵਾਰ। ਕਿਉਂ? ਸਾਡੇ ਘਰਾਂ ਦੇ ਵਿੱਚ ਨਾ ਹਥਿਆਰ, ਨਾ ਤਲਵਾਰ, ਨਾ ਬਰਛੇ, ਨਾ ਨੇਜੇ, ਸਾਡੇ ਘਰਾਂ ਦੇ ਵਿੱਚ ਕੁਝ ਵੀ ਨਹੀਂ ਸੀ। ਕੀ ਸਾਡੇ ਘਰਾਂ 'ਚ ਕੀ ਸੀ? ਬੜੇ ਸੋਹਣੇ ਸੋਹਣੇ ਟੀਵੀ, ਬੜੇ ਸੋਹਣੇ ਸੋਹਣੇ ਫਰਨੀਚਰ, ਬੜੇ ਸੋਹਣੇ ਸੋਹਣੇ ਗਹਿਣੇ, ਆਹ ਸਾਡੇ ਘਰਾਂ ਦੇ ਵਿੱਚ ਸੀਗਾ, ਇਹ ਹਾਲਾਤ ਸੀ ਸਾਡੇ। ਅੱਜ ਫਿਰ ਉਹ ਸਮਾਂ ਦੁਹਰਾਇਆ ਜਾ ਰਿਹਾ ਵੀਰੋ, ਅੱਜ ਫਿਰ ਉਹ ਹਾਲਾਤ ਬਣਾਏ ਜਾ ਰਹੇ ਨੇ। ਤੇ ਅੱਜ ਜੇ ਤੁਹਾਡੇ ਘਰਾਂ ਦੇ ਵਿੱਚੋਂ ਟੀਵੀ ਨਿਕਲਿਆ ਨਾ, ਤੇ ਗੁੱਸਾ ਨਾ ਕਰਿਓ, ਫਿਰ ਧੀ ਭੈਣ ਦੀ ਜਤਰੀ ਜੇ ਬਚਾਈ ਜਾਣੀ। ਜੇ ਅੱਜ ਤੁਹਾਡੇ ਘਰਾਂ ਦੇ ਵਿੱਚੋਂ ਸੋਹਣੀਆਂ ਗੱਡੀਆਂ ਨਿਕਲੀਆਂ ਨਾ, ਮੇਰੇ ਵੀਰੋ ਮਾਫ ਕਰਿਓ, ਗੱਡੀਆਂ ਤੇ ਭੱਜਿਆ ਨਹੀਂ ਜੇ ਜਾਣਾ। ਜੇ ਅੱਜ ਤੁਹਾਡੇ ਘਰਾਂ ਦੇ ਵਿੱਚੋਂ ਵੀਰੋ ਜੇ ਸੋਹਣੇ ਗਹਿਣੇ ਨਿਕਲੇ ਨਾ, ਤੇ ਉਹ ਗਹਿਣੇ ਨੇ ਤੁਹਾਡੀ ਸੋਭਾ ਨਹੀਂ ਜੇ ਵਧਾਉਣੀ। ਅੱਜ ਤੁਹਾਡੇ ਘਰਾਂ ਦੇ ਵਿੱਚ ਤੇਗਿਆਂ ਦੀ ਲੋੜ ਹੈ, ਤਲਵਾਰਾਂ ਦੀ ਲੋੜ ਹੈ, ਕਿਰਪਾਨਾਂ ਦੀ ਲੋੜ ਹੈ, ਖੰਡਿਆਂ ਦੀ ਲੋੜ ਹੈ, ਬਰਛੀਆਂ ਦੀ ਲੋੜ ਹੈ, ਅੱਜ ਖੰਜਰਾਂ ਦੀ ਲੋੜ ਹੈ, ਹਥਿਆਰਾਂ ਦੀ ਜ਼ਰੂਰਤ ਹੈ ਅੱਜ ਤੁਹਾਡੇ ਘਰਾਂ ਦੇ ਵਿੱਚ। ਜਿਹੜੀ ਅੱਗ ਲੱਗੀ ਦਿੱਲੀ ਵਿੱਚ, ਸਿੱਖ ਬਚਾ ਰਹੇ ਨਾ ਮੁਸਲਮਾਨਾਂ ਨੂੰ, ਤੇ ਧਿਆਨ ਦਿਓ ਜੇ ਇਹ ਗੇੜ ਤੁਹਾਡੇ ਵੱਲ ਘੁਮਾਉਣਾ ਇਹਨਾਂ ਨੇ, ਹੁਣ ਧਿਆਨ ਦੇ ਦਿਓ। ਕਿਉਂਕਿ ਸਿੱਖ ਲੰਗਰ ਵੀ ਛਕਾ ਰਿਹਾ ਸ਼ਹੀਨ ਬਾਗ ਵਿਖੇ, ਸਿੱਖ ਭਾਈ ਜਮਨਾ ਵਾਲੇ ਜਿਹੜੇ ਜਮਨਾ ਪਾਰ ਸਿੱਖ ਨੇ, ਉਹ ਸਿੱਖ ਉਹ ਮੁਸਲਮਾਨ ਨੂੰ ਬਚਾਉਂਦੇ ਵੀ ਪਏ ਨੇ, ਤੇ ਇਹਨਾਂ ਨੂੰ ਕਿੱਥੋਂ ਪਸੰਦ ਆਜੂਗਾ? ਫੌਜ ਜਿਹੜੀ ਉੱਥੇ ਨਹੀਂ ਲੱਗ ਜੀ, ਹੁਣ ਫੌਜ ਨਹੀਂ ਲਾਈ ਜਾ ਰਹੀ। ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹ ਆਪ ਦੰਗਾਕਾਰੀ ਨੂੰ ਸਪੋਰਟ, ਕਿੰਨੀਆਂ ਵੀਡੀਓ ਆਈਆਂ ਨੇ, ਪੁਲਿਸ ਪੱਥਰ ਮਾਰ ਰਹੀ ਆ, ਪੁਲਿਸ ਪੱਥਰ ਇਕੱਠੇ ਕਰਾ ਰਹੀ ਹੈ, ਪੁਲਿਸ ਦੇ ਸਾਹਮਣੇ ਲੋਕਾਂ ਨੇ ਪੈਟਰੋਲ ਬੰਬ ਜਿਹੜੇ ਨੇ ਫੜੇ ਹੋਏ ਨੇ, ਪੁਲਿਸ ਦੇ ਸਾਹਮਣੇ ਟਾਇਰ ਫੜੇ ਹੋਏ ਨੇ, ਕਿਆ ਲੱਖ ਲਾਂਤਾ ਦਿੱਲੀ ਪੁਲਿਸ ਨੂੰ, ਲੱਖ ਲਾਂਤਾ। ਤੇ ਪਹਿਲਾਂ ਵੀ ਦਿੱਲੀ ਪੁਲਿਸ ਦੇ ਕਾਰੇ ਜਿਹੜੇ ਨੇ ਬੜੇ ਮਾੜੇ ਰਹੇ ਨੇ, ਆਪਾਂ ਪਿੱਛੇ ਵੇਖਿਆ ਵੀ ਕਿਵੇਂ ਸਰਦਾਰ ਨਾਲ ਕੀਤਾ ਤੇ ਅੱਜ ਮੁਸਲਮਾਨਾਂ ਨਾਲ ਕਰ ਰਹੀ ਹੈ। ਇੱਧਰ ਚਾਰ ਦੁਕਾਨਾਂ ਹਿੰਦੂਆਂ ਦੀਆਂ, ਇੱਧਰ ਚਾਰ ਦੁਕਾਨਾਂ ਹਿੰਦੂਆਂ ਦੀਆਂ, ਦੱਬੇ ਮੁਸਲਮਾਨ ਦੀ ਦੁਕਾਨ ਸਾੜ ਦਿਓ, ਮੁਸਲਮਾਨ ਹੈ, ਸਿੱਖੋ ਤੁਹਾਡੀਆਂ ਵੀ ਸੜਨੀਆਂ ਜੇ, ਇਹ ਗੱਲ ਨੋਟ ਕਰ ਲਓ ਜੇ, ਤੁਹਾਡੀਆਂ ਵੀ ਸੜਨੀਆਂ ਜੇ, ਪੈਰ ਕਰਨੀ ਨਹੀਂ, ਚੜ੍ਹ ਕੇ ਆਏ ਨੂੰ ਛੱਡਣਾ ਨਹੀਂ। ਪੰਜਾਬ ਦੇ ਵੀਰਾਂ ਨੂੰ ਵੀ ਕਹਿ ਰਿਹਾ ਮੈਂ, ਪੰਜਾਬ ਦੇ ਵਿੱਚ ਵੀ ਸ਼ਿਵ ਸੈਨਾ ਵਾਲੇ ਕੁੱਤੇ ਥੱਲੇ, ਹਿੰਦੂ ਸੈਨਾ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਵਿਸ਼ਵ ਪ੍ਰਧਾਨੀ, ਅਸੀਂ ਪੰਚ ਫਲਾਣਾ, ਇਹ ਕੁਝ ਹਰਕਤਾਂ ਪੰਜਾਬ 'ਚ ਕਰਨੀ ਇਹਨਾਂ ਨੇ ਕਰਨੀਆਂ, ਜੇ ਸੰਤ ਪਿੰਡਰਾਂ ਦਾ ਨਾਂ ਲੈ ਕੇ ਉਹਨੂੰ ਅੱਤਵਾਦੀ ਕਹਿ ਕੇ, ਜਾਂ 2% ਸਿੱਖਾਂ ਨੂੰ ਖਤਮ ਕਰ ਦੇਣਾ, ਫੜ ਕੇ ਪਿਸਟਲਾਂ 'ਤੇ ਸੂਰੀ ਵਰਗੇ ਕੰਧੇ, ਸੂਰੀ ਵਰਗੇ ਸੂਰ ਜਿਹੜੇ ਦਿਖਾਉਂਦੇ ਫਿਰਦੇ ਨੇ, ਇਹ ਹਾਲਾਤ ਬਣਾਉਣ ਨੂੰ ਫਿਰਦੇ ਨੇ। ਪਹਿਲ ਨਹੀਂ ਕਰਨੀ, ਪਰ ਜਿਹੜਾ ਚੜ੍ਹ ਕੇ ਆ ਗਿਆ ਨਾ, ਛੱਡਣਾ ਨਹੀਂ, ਨਾ ਧੌਣ ਲਾ ਦਿਓ, ਗਿੱਟੇ ਛਾਂਗ ਦਿਓ, ਬਾਹਾਂ ਵੱਢ ਦਿਓ ਉਹਨਾਂ ਦੀਆਂ ਬਾਹਾਂ, ਉਹ ਵਿਚਾਰਾਂ ਕਰਨ ਨਹੀਂ ਆ ਰਹੇ ਤੁਹਾਡੇ ਘਰ ਦੇ ਵਿੱਚ, ਮੇਰੀ ਗੱਲ ਸੁਣੋ ਧਿਆਨ ਨਾਲ, ਉਹ ਵਿਚਾਰਾਂ ਕਰਨ ਨਹੀਂ ਆ ਰਹੇ, ਉਹ ਹਥਿਆਰ ਫੜ ਕੇ ਆ ਰਹੇ ਨੇ। ਜਦੋਂ ਹਥਿਆਰ ਫੜ ਕੇ ਤੇ ਵਿਚਾਰਾਂ ਕਰੋਗੇ ਨਾ, ਤੁਹਾਡੀਆਂ ਵਿਚਾਰਾਂ ਨਹੀਂ ਸੁਣੀ ਉਹਨਾਂ ਨੇ, ਜਵਾਬ ਦਿਓ ਹਥਿਆਰ ਦੇ ਨਾਲ। ਪਹਿਲ ਨਹੀਂ ਕਰਨੀ, ਆਪਣੇ ਆਪ ਨੂੰ ਸੇਫ ਰੱਖਣਾ। ਇਹ ਵੀ ਨਹੀਂ ਕਿ ਜੇ ਮੁਸਲਮਾਨਾਂ ਵੱਲ ਧੱਕਾ ਹੋ ਰਿਹਾ ਤੇ ਅਸੀਂ ਭਾਵਨਾ ਦੇ ਭਾਵਨਾ ਰੱਖੋ, ਪਰ ਇਹ ਵੀ ਨਹੀਂ ਵੀ ਆਪਣਾ ਆਪਣੇ ਹਾਲਾਤ ਵੀ ਖਰਾਬ ਕਰੋ, ਪਰ ਜੇ ਉਹ ਤੁਹਾਡੇ ਤੇ ਸਿੱਖੋ ਚੜ੍ਹ ਕੇ ਆਉਂਦੇ ਨੇ ਤੇ ਜਵਾਬ ਦੇ ਦਿਓ ਜੇ। ਅੱਜ ਹੀ ਤੁਹਾਡੇ ਕੋਲ ਟਾਈਮ ਹੈ, ਖਰੀਦ ਲਓ ਕਿਰਪਾਨਾ, ਜਿਨ੍ਹਾਂ ਨੇ ਘਰਾਂ ਦੇ ਵਿੱਚ ਕਿਰਪਾਨਾ ਨਹੀਂ ਖਰੀਦਿਆ, ਮੈਂ ਫਿਰ ਬੇਨਤੀ ਕਰਾਂ, ਗੁੱਸਾ ਨਾ ਕਰੋ ਵੀਰੋ, ਭਰਾਓ ਛੋਟੇ, ਲਾਂਤਾਂ ਪੈਣਗੀਆਂ ਤੁਹਾਡੇ ਬੱਚੇ, ਲਾਂਤਾਂ ਪਾਉਣਗੇ ਤੁਹਾਡੀਆਂ ਧੀਆਂ ਭੈਣਾਂ, ਤੁਹਾਨੂੰ ਲਾਂਤਾਂ ਪਾਉਣਗੀਆਂ, ਰੱਖਿਆ ਨਹੀਂ ਕਰ ਸਕੇ, ਤੁਹਾਡੀਆਂ ਮਹਿੰਗੀਆਂ ਗੱਡੀਆਂ ਨੇ, ਮਹਿੰਗੀਆਂ ਕਾਰਾਂ ਨੇ, ਮਹਿੰਗੇ ਕੱਪੜਿਆਂ ਨੇ, ਤੁਹਾਡੀ ਇੱਜ਼ਤ ਨਹੀਂ ਜੇ ਬਚਾਉਣੀ, ਤੁਹਾਡੀ ਇੱਜ਼ਤ ਬਚਾਉਣੀ ਤੁਹਾਡੇ ਹਥਿਆਰਾਂ ਨੇ।
ਬਣਾਓ ਤਿਆਰ ਘਰ ਦੇ ਵਿੱਚ, ਰੱਖੋ ਤਿਆਰ ਘਰ ਦੇ ਵਿੱਚ। ਜਿਹੜਾ ਚੜ੍ਹ ਕੇ ਆ ਗਏ ਨਾ, ਗਰਦਨ ਲਾ ਦਿਓ, ਧੌਣ ਲਾ ਦਿਓ ਜੇ ਚੜ੍ਹ ਕੇ ਆਵੇ। ਪਹਿਲ ਨਹੀਂ ਕਰਨੀ ਨਾ, ਮਜ਼ਲੂਮ ਦੀ ਰੱਖਿਆ ਕਰਨੀ ਕਿਰਪਾਨ ਸੱਚੇ ਪਾਸੇ ਕਿਰਪਾ ਜਮਾ ਆਣ, ਹੈ ਨਾ, ਰੱਖਿਆ ਕਰਨ ਵਾਸਤੇ। ਇਹ ਕਿਰਪਾਨ ਹੋਰ ਨੀ ਰੱਖਿਆ ਵਾਸਤੇ ਆ, ਤੇ ਆਪਣੇ ਗਾਤਰੇ ਕਿੱਦਾਂ ਦੀ ਕਿਰਪਾਨਾਂ ਪਾਈ ਫਿਰਦੇ ਆ ਆਪਾਂ, ਸਭ ਨੂੰ ਪਤਾ ਹੈ। ਦਿੱਲੀ ਵਿੱਚ ਸਭ ਨੂੰ ਪਤਾ ਵੀ ਕਿੱਦਾਂ ਦੀ ਕਿਰਪਾਨਾਂ ਪਾਉਂਦੇ ਆ, ਚੰਗੀਆਂ ਕਿਰਪਾਨਾਂ ਗਾਤਰੇ ਪਾ ਕੇ ਵੀ ਘੁੰਮੋ। ਪਤਾ ਨੀ ਕਿੱਥੇ ਲੋੜ ਪੈ ਜੇ, ਕਿੱਥੇ ਚੜ੍ਹ ਗਿਆ ਜੇ ਭੀੜ ਤੁਹਾਡੇ ਤੇ, ਕਿਆ ਕਰੋਗੇ ਉੱਥੇ? ਉੱਥੇ ਤੁਹਾਡੀ ਆ ਆਲੂ ਚੀਰਨ ਵਾਲੀ ਕਿਰਪਾਨ ਕੰਮ ਆਜੂਗੀ? ਨਹੀਂ ਆਏਗੀ ਵੀਰੋ, ਨਹੀਂ ਆਏਗੀ। ਰੱਬ ਦਾ ਹੀ ਵਾਸਤਾ ਦਿੱਲੀ ਦੇ, ਸਿੱਖੋ ਰੱਬ ਦਾ ਹੀ ਵਾਸਤਾ। ਜੇ ਤੁਹਾਨੂੰ ਆ ਇੱਥੋਂ ਕਹਿ ਰਿਹਾ, ਤੁਹਾਨੂੰ ਦਿਲੋਂ ਕਹਿ ਰਿਹਾ ਵੀ ਉਹ ਹਾਲਾਤ ਦੁਬਾਰਾ ਨਾ ਬਣਾ ਲਿਓ। ਸ਼ਸਤਰ ਘਰ ਚ ਰੱਖ ਲਓ, ਭੱਜਣਾ ਨਾ ਪਵੇ, ਭਜਾਉਣਾ ਪਵੇ ਇਹਨਾਂ ਨੂੰ, ਘਰ ਚ ਨਾ ਵੜਨਾ ਪਵੇ, ਦੜੀਆਂ ਨੂੰ ਘਰਾਂ ਚ ਦੜਾਉਣਾ ਪਵੇ। ਆਹ ਹਾਲਾਤ ਬਣਾ ਦਿਓ ਜੇ ਫਿਰ ਦਿੱਲੀ ਦੇ ਜੇ ਚੜ੍ਹ ਕੇ ਤੁਹਾਡੇ ਤੇ ਆਣ, ਤਾਂ ਰੱਖਿਆ ਕਰੋ ਮੁਸਲਮਾਨ ਭਰਾਵਾਂ ਦੀ ਵੀ। ਇਹ ਕਹਿੰਦੇ ਇਹ ਜਿਹੜੇ ਸਿੱਖ ਨੇ ਉਹ ਖਸਮ ਤੁਹਾਡੇ ਤੇ ਜਦੋਂ ਸਮਾਂ ਬਣਿਆ, ਜਦੋਂ ਤੁਹਾਡੇ ਜਨੇਊ ਲਾਏ ਜਾਂਦੇ ਸੀ ਮੁਸਲਮਾਨਾਂ ਵੱਲੋਂ, ਉਦੋਂ ਵੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤੁਹਾਡੇ ਵਾਸਤੇ ਸ਼ੀਸ਼ ਤਾ, ਉਹ ਦਿੱਲੀ ਚਾਂਦਨੀ ਚੌਂਕ ਵਕਾਰਦੀ ਪਈ ਹੈ, ਧਾਹਾਂ ਮਾਰ ਮਾਰ ਕੇ ਦੱਸਦੀ ਪਈ ਹੈ ਵੀ ਇੱਥੇ ਕੁਰਬਾਨੀ ਕੀਤੀ ਹੈ, ਲੱਖ ਲਾਂਤਾ ਤੁਹਾਡੇ ਤੇ। ਉਹ ਕਾਬਗੰਜ ਸਾਹਿਬ ਸਤਿਗੁਰੂ ਪਾਤਸ਼ਾਹ ਦਾ ਧੜ ਦਾ ਸੰਸਕਾਰ ਹੋਇਆ, ਦੱਸ ਰਿਹਾ ਉੱਥੇ। ਉਹ ਬਗਲਾ ਸਾਹਿਬ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ ਭਰਾ ਜਿਹੜੇ ਇਕੱਠੇ ਹੁੰਦੇ ਨੇ, ਉਹ ਦੱਸ ਰਹੇ ਨੇ ਪਿਆਰ ਦਾ ਸਬੂਤ ਦੇ ਰਹੇ ਨੇ, ਪਿਆਰ ਦਾ ਸਬੂਤ ਦੇ ਰਹੇ ਨੇ ਉੱਥੇ ਉਹ। ਤੇ ਤੁਸੀਂ ਕਹਿੰਦੇ ਹੋ ਵੀ ਇਹ ਹਿੰਦੂਆਂ ਦੀ ਰੱਖਿਆ ਕਰਦੇ ਪਏ ਨੇ, ਮੁਸਲਮਾਨਾਂ ਦੀ ਰੱਖਿਆ ਕਰਦੇ ਪਏ ਨੇ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਵੇਲੇ ਧੱਕੇ ਨਾਲ ਤੁਹਾਡੇ ਜਨੇਊ ਲਾਏ ਜਾਂਦੇ ਸੀ ਨਾ, ਤੇ ਅੱਜ ਤੁਸੀਂ ਧੱਕੇ ਨਾਲ ਜਨੇਊ ਪਾ ਰਹੇ ਹੋ, ਧਿਆਨ ਦਿਓ, ਜੇ ਧੱਕੇ ਨਾਲ ਜਨੇਊ ਪਾ ਰਹੇ ਹੋ ਵੀ ਇੱਥੇ ਜਿਹੜਾ ਰਹੇਗਾ ਉਹ ਹਿੰਦੂ ਹੈ, ਉਹ ਹਿੰਦੂ ਰਾਸ਼ਟਰਵਾਦ ਹੈ, ਹਿੰਦੂ ਹੀ ਕਹਾਏਗਾ ਜਿਹੜਾ ਇੱਥੇ ਰਹੇਗਾ। ਭੁੱਲ ਜਾਓ, ਭੁੱਲ ਜਾਓ, ਭੁੱਲ ਜਾਓ ਇਹ ਗੱਲ। ਜਿਹੜੇ ਭਗਵੇ ਅੱਤਵਾਦੀ ਨੇ, ਮੈਂ ਕਹਿੰਦਾ ਭੁੱਲ ਜਾਓ ਇਹ ਗੱਲ। ਉਦੋਂ ਧੱਕੇ ਨਾਲ ਤੁਹਾਡੇ ਲਵਾਏ ਸੀ, ਅਸੀਂ ਲੈ ਨਹੀਂ ਦਿੱਤੇ ਨਾ, ਆ ਤੁਸੀਂ ਧੱਕੇ ਨਾਲ ਪਾਉਂਦੇ, ਪੈਣ ਵੀ ਨਹੀਂ ਦਿੰਦੇ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੁੜਤੀ ਹੈ ਸਾਡੀ ਕੌਮ ਨੂੰ। ਅਤੇ ਦੂਜੀ ਬੇਨਤੀ ਮੈਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਹਿਣਾ ਚਾਹਾਂਗਾ, ਤਿਆਰ ਬਰ ਤਿਆਰ ਰਹੋ। ਤੁਹਾਡੇ ਕੋਲ ਘੋੜੇ ਨੇ, ਸ਼ਸਤਰਧਾਰੀ ਨੇ, ਹਾਥੀ ਨੇ, ਜਿੱਥੇ ਫੌਜਾਂ ਪਹੁੰਚਣੀਆਂ ਤਿਆਰ ਬਰ ਤਿਆਰ ਹੋ ਕੇ ਪਹੁੰਚੋ, ਲਾਓ ਤਿਆਰ ਬਰ ਤਿਆਰ ਹੋ ਕੇ ਪਹੁੰਚੋ, ਕਰੋ ਰੱਖਿਆ ਕੌਮ ਦੀ, ਦੇਸ਼ ਦੀ। ਜਿੱਥੇ ਨੀਲੀਆਂ ਫੌਜਾਂ ਚਲੀਆਂ ਜਾਣ, ਉੱਥੇ ਨੇੜੇ ਖੰਘਣਾ ਨਹੀਂ ਕਿਸੇ ਨੇ, ਨਿਹੰਗ ਸਿੰਘ ਬੋਝੋ, ਖੰਘਣਾ ਨਹੀਂ ਕਿਸੇ ਨੇ। ਸੋ ਇਸ ਕਰਕੇ ਰੱਬ ਦਾ ਹੀ ਵਾਸਤਾ, ਫਿਰ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ ਕੇ ਮੈਂ ਬੇਨਤੀ ਕਰ ਰਿਹਾ ਵੀ ਤੁਸੀਂ ਹੋਸ਼ 'ਚ ਵੀ ਰਹੋ, ਪਰ ਜੋਸ਼ ਵਾਸਤੇ ਸ਼ਸਤਰ ਜ਼ਰੂਰ ਰੱਖੋ। ਜਦੋਂ ਤੁਹਾਡੇ ਚੜ੍ਹ ਕੇ ਆਏ ਇਹਨਾਂ ਨੇ ਗੱਲਾਂ, ਇਹ ਗੱਲਾਂ ਕਰਦੇ, ਇਹ ਤਾਂ ਫੜਿਆ ਪੈਟਰੋਲ ਦਾ ਬੰਬ ਫੜੇ, ਇਹਨਾਂ ਬੋਤਲ ਫੜੀ ਤੁਹਾਡੇ ਘਰ 'ਤੇ, ਉਹ ਚੱਕ ਕੇ ਮਾਰਦੀ ਇਹਨਾਂ ਨੇ, ਟਾਇਰ ਫੜੇ ਹੱਥ ਵਿੱਚ, ਫਿਰ ਉੱਦਾਂ ਹੀ ਟਾਇਰ ਫੜੇ ਸੀ। ਫਰਕ ਇੰਨਾ ਸੀ ਉਦੋਂ ਸਿੱਖ ਸੀ, ਅੱਜ ਮੁਸਲਮਾਨ ਨੇ, ਅਤੇ ਮੁਸਲਮਾਨ ਤੋਂ ਬਾਅਦ ਫਿਰ ਸਿੱਖਾਂ ਵਾਲੇ ਪਾਸੇ, ਕਿਉਂਕਿ ਬਿਆਨ ਤੇ ਇਹਨਾਂ ਦੇ ਅੱਜ ਵੀ ਆ ਰਹੇ ਨੇ ਵੀ ਘੱਟ ਗਿਣਤੀ ਵਾਲਿਆਂ ਨੂੰ, ਅਤੇ ਘੱਟ ਗਿਣਤੀ ਵਿੱਚ ਸਿੱਖ ਤੁਸੀਂ ਕਿਤੇ ਵੱਧ ਗਿਣਤੀ 'ਚ ਹੁੰਦੇ ਹੋ, ਘੱਟ ਗਿਣਤੀ 'ਚ ਗਿਣੇ ਨੇ ਤੁਹਾਨੂੰ, ਅਤੇ ਘੱਟ ਗਿਣਤੀ ਵਾਲਿਆਂ ਨੂੰ ਇਹਨਾਂ ਨੇ ਦੱਬਣਾ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ, ਮੇਰੀ ਵੀਡੀਓ ਨੂੰ ਇਸ ਵਾਸਤੇ ਸ਼ੇਅਰ ਕਰਿਓ, ਨਾਲ ਟੈਗ ਕਰਕੇ ਕਿ ਸ਼ਸਤਰ ਰੱਖੋ ਘਰਾਂ 'ਚ, ਨਾਲ ਸ਼ੇਅਰ ਦੇ ਵਿੱਚ ਲਿਖ ਕੇ ਭੇਜਿਓ ਵੀ ਸ਼ਸਤਰ ਰੱਖੋ ਘਰਾਂ ਦੇ ਵਿੱਚ, ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਦਿੱਲੀ ਦੇ ਉਹਨਾਂ ਨੌਜਵਾਨਾਂ ਤੱਕ ਪਹੁੰਚੇ ਜਿਹਨਾਂ ਜਿਹੜੇ ਸੁੱਤੇ ਪਏ ਨੇ ਸ਼ਰਾਬਾਂ ਦੀ ਨਿੰਦਾ, ਜਦੋਂ ਵੀ ਪੱਬਾਂ 'ਚ ਵਿੱਚ ਡਾਂਸ ਕਰ ਰਹੇ ਨੇ ਉਹ ਕੁੜੀਆਂ ਮੁੰਡੇ, ਰੱਬ ਦਾ ਹੀ ਵਾਸਤਾ, ਜਾਂ ਆਜੋ ਬਾਹਰ ਗਫਲਤ ਦੀ ਨੀਂਦ ਤੋਂ ਜਾਗੋ, ਗਫਲਤ ਦੀ ਨੀਂਦ ਨੂੰ ਤਿਆਗੋ, ਤਿਆਰ ਬਰ ਤਿਆਰ ਯੁੱਧ ਹੋਵੋ, ਘਰ 'ਚ ਸ਼ਸਤਰ ਲਿਆ ਕੇ ਪਾ ਦਿਓ ਭਾਜੜਾ ਇਹਨਾਂ ਦੀਆਂ, ਜਿਹੜਾ ਅਜੇ ਤੁਹਾਡੀ ਧੀ ਤੁਹਾਡੀ ਬਹੂ ਬੇਟੀ ਵੱਲ ਅੱਖ ਚੁੱਕ ਕੇ ਵੇਖ ਲੈਣਾ, ਬਸ ਪਾ ਦਿਓ ਤਰਥੱਲੀਆਂ ਪਾ ਦਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚੂੰ ਕਰ ਹਾ ਸਮਾਂ ਹੀਲ ਤੇ ਦਰ ਗੁਜਸਤ ਹਵਾ ਰਸਤ ਬੁਰਦਨ ਬਾ ਸ਼ਮਸ਼ੀਰ ਦਸਤ, ਬਸ ਬਸ ਸ਼ਮਸ਼ੀਰ ਨੂੰ ਹੱਥ ਪਾਉਣਾ, ਜੈ ਜਾ। ਜ਼ੁਲਮ ਕਰਨਾ ਪਾਪ, ਜ਼ੁਲਮ ਸਹਿਣਾ ਪਾਪ, ਅੱਜ ਤੁਸੀਂ ਜ਼ੁਲਮ ਜੇ ਸਹਿ ਗਏ ਨਾ, ਗੁਰੂ ਨਾਨਕ ਦੇ ਘਰ ਦੇ ਬੜੇ ਵੱਡੇ ਪਾਪੀ ਹੋਵੋਗੇ, ਦਿੱਲੀ ਦੇ ਸਿੱਖੋ ਬੜੇ ਵੱਡੇ ਪਾਪੀ ਹੋਵੋ, ਤਿਆਰ ਹੋਵੋ। ਤਾਂ ਵੇਖਿਆ ਕਈ ਸਿੱਖਾਂ ਦੇ, ਇੱਕ ਪਤਾ ਨਹੀਂ ਕਿਹੜੇ ਬਣ ਗਏ ਪੱਗਾਂ ਜੀਆਂ, ਅਤੇ ਬੀਜੇਪੀ ਦੇ ਅੰਦਰ ਮੁਸਲਮਾਨ ਦੇ ਖਿਲਾਫ ਉਹ ਕਰਦੇ ਪਏ ਨੇ। ਮੈਂ ਮੇਰ ਬੇਨਤੀ ਕਰਾਂ, ਪੱਗ ਵਾਲਾ ਸਰਦਾਰ ਨਹੀਂ ਜੇ ਹੁੰਦਾ, ਨੋਟ ਕਰ ਲਿਓ,
ਪੱਗ ਬੰਨਣ ਵਾਲਾ ਸਰਦਾਰ ਨਹੀਂ ਜੀ ਹੁੰਦਾ, ਪੱਗਾਂ ਰਾਧਾ ਸੁਆਮੀ ਨੇ, ਸਿੱਖ ਨਹੀਂ ਹੁੰਦਾ, ਪੱਗਾਂ ਰਾਧਾ ਸੁਆਮੀ ਨੇ ਬੰਨੀਆਂ ਨੇ, ਪੱਗਾਂ ਨਿਰੰਕਾਰ ਨੇ ਬੰਨੀਆਂ ਨੇ, ਪੱਗਾਂ ਸਰਸੇ ਵਾਲੇ ਦੇ ਚੇਲਿਆਂ ਨੇ ਬੰਨੀਆਂ ਨੇ, ਪੱਗਾਂ ਆਸ਼ੂਤੋਸ਼ ਦੇ ਚੇਲਿਆਂ ਨੇ ਬੰਨੀਆਂ ਨੇ, ਪੱਗਾਂ ਇਹ ਜਿਹੜੇ ਆਪਣੇ ਆਪ ਨੂੰ RSS ਵਾਲੇ ਕਹਿੰਦੇ ਨੇ, ਇਹ ਲਿਆ ਕੇ ਵੇਖੋ ਕਿਵੇਂ ਪੱਗਾਂ ਬਣਾਈ ਫਿਰਦੇ ਨੇ, ਆਪਣੇ ਹਿੰਦੂਆਂ ਨੂੰ ਸਰਦਾਰ ਬਣਾ ਲਿਆ, ਸਰਦਾਰ ਬਣਾ ਕੇ ਸਿੰਘ ਲਾਤਾ। ਅਤੇ ਗੱਲ ਨੋਟ ਰੱਖਿਓ, ਜਿਹੜਾ ਸਰਦਾਰ ਹੈ ਨਾ ਉਹਦਾ ਜ਼ਮੀਰ ਦੱਸਦਾ, ਉਹਦਾ ਕਿਰਦਾਰ ਦੱਸਦਾ, ਉਹ ਕੀ ਹੈ, ਉਹ ਸਰਦਾਰੀ ਕਿਵੇਂ ਹੈ, ਅਤੇ ਉਹ ਕਿਸੇ 'ਤੇ ਅੱਤਿਆਚਾਰ ਨਹੀਂ ਕਰੇਗਾ। ਜਿਹੜਾ ਇਹ ਪੜ੍ਹ ਕੇ ਪੱਗ ਜੀ ਹੁੰਦਾ ਸੀ, ਮੈਨੂੰ ਪਤਾ ਨਹੀਂ ਕੀ ਨਾਂ ਹੈ ਦਿੱਲੀ ਦੇ ਵਿੱਚ, ਇਹ ਸਰਦਾਰ ਕਦੇ ਇੱਦਾਂ ਨਹੀਂ ਕਰਦੇ ਕਿਸੇ 'ਤੇ ਘਰ ਨਹੀਂ ਸਾੜਦੇ, ਨਾ ਨਾ ਘਰ ਨਹੀਂ ਸਾੜਦਾ ਸਰਦਾਰ, ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਲੁੱਟਦਾ ਸਰਦਾਰ, ਕਿਸੇ ਨੂੰ ਘਰੋਂ ਬੇਘਰ ਨਹੀਂ ਕਰਦਾ ਸਰਦਾਰ, ਕਿਸੇ ਦੀ ਰੋਜ਼ੀ ਰੋਟੀ ਕਿਰਤ ਨੂੰ ਲੱਤ ਨਹੀਂ ਮਾਰਦਾ ਸਰਦਾਰ। ਅਤੇ ਅੱਜ ਇਹ ਵਿਖਾ ਦਿਓ ਦਿੱਲੀ ਦੇ ਵਿੱਚ ਸਰਦਾਰ ਕੀ ਹੁੰਦੇ ਨੇ, ਵਿਖਾ ਦਿਓ ਮੇਰੇ ਵੀਰੋ, ਵਿਖਾ ਦਿਓ ਰੱਬ ਦੇ ਵਾਸਤੇ, ਵਿਖਾ ਦਿਓ, ਤਿਆਰ ਬਰ ਤਿਆਰ ਹੋ ਕੇ ਡਟ ਜਾਓ, ਪਹਿਲ ਕਰਨੀ ਨਹੀਂ, ਬਚਾਓ ਮੁਸਲਮਾਨ ਵੀਰਾਂ ਨੂੰ ਪਿਆਰ ਦੇ ਨਾਲ, ਆਪਣੇ ਘਰਾਂ 'ਚ ਰੱਖੋ, ਸਾਂਭੋ ਉਹਨਾਂ ਨੂੰ, ਉਹਦੇ ਪਰਿਵਾਰਾਂ ਨੂੰ, ਧੀਆਂ ਭੈਣਾਂ ਨੂੰ ਖਾਸ ਕਰਕੇ ਸਾਂਭੋ, ਉਹਦੀ ਇੱਜ਼ਤਾਂ ਸਾਂਭੋ, ਉਹ ਸਾਡੀਆਂ ਧੀਆਂ ਨੇ, ਸਾਡੀਆਂ ਭੈਣਾਂ ਨੇ, ਉਹਨਾਂ ਨੂੰ ਖਾਸ ਕਰਕੇ ਸਾਂਭੋ, ਕਿਉਂਕਿ ਇਹਨਾਂ ਨੇ ਜਦੋਂ ਇਸ ਪਾਸੇ ਆ ਗਏ, ਇਹਨਾਂ ਨੇ ਘੋਲ ਨਹੀਂ ਕਰਨੀ, ਜਿੱਦਾਂ ਲੁੱਟਣ ਵਿੱਚ ਵੀ ਇਹਨਾਂ ਨੇ, ਕੁੱਤਿਆਂ ਨੇ, ਇਹ ਦੱਲਿਆਂ ਨੇ, ਮੋਦੀ ਦੀਆਂ ਦੱਲਿਆਂ ਨੇ, ਕੁੱਤਿਆਂ ਨੇ, ਇਹਨਾਂ ਨੇ ਘੋਲ ਨਹੀਂ ਕਰਨੀ, ਇਹਨਾਂ ਨੇ ਤੁਰ ਪੈਣਾ। ਬਚਾਓ ਭੈਣਾਂ ਨੂੰ, ਘਰ 'ਚ ਰੱਖੋ, ਘਰ 'ਚ ਰੱਖੋ, ਗੁਰਦੁਆਰੇ ਖੋਲ੍ਹ ਦਿਓ, ਲੰਗਰ ਖੋਲ੍ਹੋ, ਦਿੱਲੀ ਕੇ ਸਿੱਖੋ ਖੁੱਲ੍ਹੇ ਨੇ ਲੰਗਰ, ਹੁਣ ਵੀ ਖੋਲ੍ਹ ਦਿਓ ਸਾਰੇ ਪਾਸੇ, ਅਤੇ ਵੀ ਮੁਸਲਮਾਨ ਭਾਈਚਾਰਾ ਵੱਸਦਾ, ਸਭ ਦੀ ਰੱਖਿਆ ਕਰੋ, ਇਹ ਵੇਲਾ ਧੱਕੇ ਨਾਲ ਜਿਹਨੂੰ ਲੈਣ ਦਿੱਤਾ, ਧੱਕੇ ਨਾਲ ਜਿਹਨੂੰ ਪੈਣ ਵੀ ਨਹੀਂ ਦੇਣਾ, ਪੈਣ ਵੀ ਨਹੀਂ ਦੇਣਾ। ਸੋ ਇਸ ਕਰਕੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਤੁਸੀਂ ਬਹੁਤ 250 ਵੀਰ ਜਿਹੜਾ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਇਹਨੂੰ ਸ਼ੇਅਰ ਕਰ ਦਿਓ, ਸਿਰਫ ਇਸੇ ਕਰਕੇ, ਹਥਿਆਰ ਨਾਲ ਲਿਖ ਕੇ ਵੀ ਹਥਿਆਰ ਰੱਖੋ ਘਰ ਦੇ ਵਿੱਚ, ਵੀਡੀਓ ਤਾਂ ਸ਼ੇਅਰ ਕਰਿਓ, ਨਾਲ ਲਿਖਣਾ ਵੀ ਦਿੱਲੀ ਕਾ ਸਿੱਖੋ, ਨਿਕਲੋ ਪੱਬਾਂ ਤੋਂ ਬਾਹਰ, ਨਿਕਲੋ ਗੱਡੀਆਂ ਤੋਂ ਬਾਹਰ, ਨਿਕਲੋ ਮਹਿੰਗੇ ਕੱਪੜਿਆਂ ਤੋਂ ਬਾਹਰ, ਨਿਕਲੋ ਲਗਜ਼ਰੀ ਲਾਈਫ ਤੋਂ ਬਾਹਰ, ਹਥਿਆਰ ਹਥਿਆਰ ਹਥਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।